ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਿ ਆਪਾਂ ਘਰੇ ਕੰਮ ਕੀਤਾ ਥੋੜ੍ਹਾ ਜਿਹਾ। ਜੰਗਲੇ ਦੇ ਵਿੱਚ ਘੋੜੇ ਬਣਾ ਕੇ ਲਾਏ ਹੈ ਅਤੇ ਇੱਕ ਬੱਚਾ ਜਦੋਂ ਟੈਂਕੀ ਭਰ ਜਾਂਦੀ ਹੈ ਨਾ, ਇਹ ਬੱਚਾ ਬਾਥਰੂਮ ਕਰਦਾ ਹੈ। ਆਹ ਦੇਖੋ ਜੀ, ਇਹ ਟੈਂਕੀ ਦੇ ਵਿੱਚੋਂ ਪੈਪ ਲਾਇਆ ਹੋਇਆ ਅਤੇ ਬੱਚਾ ਬਾਥਰੂਮ ਕਰਦਾ। ਜਦੋਂ ਟੈਂਕੀ ਭਰ ਜਾਂਦੀ ਹੈ ਅਤੇ ਫਿਰ ਟੈਂਕੀ ਬੰਦ ਕਰ ਦੇਈਦੀ ਹੈ। ਇੱਕ ਅਲਾਰਮ ਹੈ ਇਹ, ਅਤੇ ਇਹ ਘੋੜੇ ਬਣਾ ਕੇ ਲਾਏ ਆ ਪਰ ਲੀਫ ਜੰਗਲੇ ਦੇ ਵਿੱਚ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਇੱਕ ਵਾਰ ਫਿਰ ਕਲੋਜ਼ ਕਰਕੇ ਵਿਖਾ ਦੇਵਾਂ। ਘੋੜੇ ਰਿਲੀਫ ਬਣੇ ਹੋਏ ਹੈ ਅਤੇ ਉਹ ਬੱਚਾ 3D ਬਣਿਆ ਹੋਇਆ ਹੈ।